अस्सलाम वालेकुम नाज़रीन, असी 3-14 दे अंदर मौजूद हाँ। साढ़े कोले बाबा नज़ीर अहमद साहब मौजूद ने। इंडिया दे विचों किहड़े ज़िले चों किदां किदां है सारी हिस्टरी, बहुत इंट्रस्टिंग हिस्टरी है, सारे सुनियो मुकम्मल। साढ़े चैनल नूं सबसक्राइब कर दिओ, पेज नूं भी लाइक कर दिओ, वीडियो नूं भी अगे अगे शेयर कर दिओ, ताकि सारे हिस्टरियां तुहाडे तक पहुँच सकन। अस्सलाम वालेकुम जी। वालेकुम अस्सलाम बाबा जी, किहड़े ज़िले चों आए इंडिया? फिरोज़पुर। ते तहसील किहड़ी सी तुहाडी? जीरा। पिंड मलांगवाला। अच्छा ਤੇ ਉਹਦੇ ਅੰਦਰ ਘਰ ਕਿਹੜੇ ਕਿਹੜੇ ਸੀਗੇ? ਬਰਾਦਰੀਆਂ ਕਿਹੜੀਆਂ ਕਿਹੜੀਆਂ ਬੈਠੀਆਂ ਸੀ? ਬਰਾਦਰੀ ਜ਼ਿਆਦਾ ਜੱਟ ਬਰਾਦਰੀ ਸੀ। ਸਿੱਖ ਵਗੈਰਾ ਹੈਗੇ ਸੀ? ਨਹੀਂ, ਸਿੱਖ ਨਹੀਂ। ਚਮਿਆਰ ਚੂੜੇ ਕੋਈ ਇਦਾਂ ਦੇ? ਨਹੀਂ, ਕੋਈ ਨਹੀਂ ਸੀ। ਉਹ ਵੀ ਹੁਣ ਕੇ ਕੋਈ ਉਹਦਾ ਮੈਨੂੰ ਨਹੀਂ ਪਤਾ। ਮਸਜਿਦ ਹੈਗੀ ਸੀ ਪਿੰਡ 'ਚ? ਹਾਂਜੀ, ਮਸਜਿਦ ਹੈ। ਸਕੂਲ? ਸਕੂਲ ਨਹੀਂ ਸੀ ਪਿੰਡ, ਸਕੂਲ ਲੱਗਦਾ ਅੱਗੇ ਹੈਗਾ ਸਕੂਲ? ਹਾਂ, ਇੰਨਾ ਨਹੀਂ ਨਾ ਪਤਾ, ਉਦੋਂ ਉਮਰ ਤਾਂ ਮੇਰੀ ਇੰਨੀ ਸੀ। ਅੱਛਾ ਅੱਛਾ। ਤੇ ਜਦੋਂ ਤੁਸੀਂ ਪਿੰਡ ਦੇ ਵਿੱਚੋਂ ਨਿਕਲੇ ਹੋ, ਤੁਹਾਨੂੰ ਤਲਾਹ ਕਿੱਦਾਂ ਮਿਲੀ ਹੈ, ਯਾਦ ਆ? ਤਲਾਹ ਇੱਦਾਂ ਮਿਲੀ ਹੈ ਵੀ ਮੈਂ ਨਾਲ ਗਿਆ ਸੀ, ਸਿਆਣੇ ਸਿਆਣੇ ਬੰਦੇ ਗਏ ਸੀ, ਮਢਾਲਾ ਸਟੇਸ਼ਨ ਸੀ। ਅੱਛਾ। ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੀ ਸਾਨੂੰ ਗੱਡੀ ਮਿਲ ਜਾਏ ਤੇ ਅਸੀਂ ਗੱਡੀ ਤੇ ਜਾਈਏ। ਟ੍ਰੇਨ? ਹਾਂਜੀ। ਉਹਨਾਂ ਸਿੱਖਾਂ ਨੇ ਸਾਡੇ ਨਾਲ ਤਾਮਨ ਨਹੀਂ ਕੀਤਾ, ਉਹਨਾਂ ਨੇ ਜਨਾਬ ਬਰਖਿਲਾਫੀ ਕੀਤੀ। ਅੱਛਾ। ਅਸੀਂ ਉੱਥੋਂ ਮੁੜਿਆ ਹੈ ਵੀ ਮਰਨਾ ਤਾਂ ਹੈ ਤੇ ਆਪਦੀ ਜੂਹ 'ਚ ਜਾ ਕੇ ਮਰੀਏ। ਹਾਂਜੀ, ਅਸੀਂ ਪਿੰਡ ਆ ਗਏ। ਫਿਰ ਉੱਥੋਂ ਕਾਫਲਾ ਚੱਲਿਆ, ਅੱਗੇ ਕੱਢਾ ਆਉਂਦਾ, ਉੱਥੋਂ ਦੀ ਗੱਡੀ ਦੀ ਲੈਣ ਵੀ ਹੈ। ਉੱਥੇ ਸਾਡੇ ਮੇਰੇ ਮਾਸੀ ਦਾ ਪੁੱਤ ਸੀ, ਉਹਨੂੰ ਪਿਆ ਸਿੱਖ, ਉਹਨੇ ਸਿੱਖ ਨੂੰ ਢਾਹ ਲਿਆ। ਜੋ ਢਾਹ ਲਿਆ ਤੇ ਫਿਰ ਵਡਾਂਗਾ ਪੈ ਗਿਆ, ਭਾਜਾਂ ਪੈ ਗਈਆਂ। ਹਾਂਜੀ, ਬੱਚੇ ਉੱਥੇ ਮਾਰੇ ਪਏ ਆ, ਬੱਚੀਆਂ ਵਿੱਚੋਂ ਫੜ ਲਈਆਂ। ਫਿਰ ਉਸ ਤੋਂ ਬਾਅਦ ਇਹ ਹੋਇਆ ਕਿ ਅਸੀਂ ਇਤਫਾਕ ਕੀਤਾ ਕਰਕੇ ਜਿਹੜੇ ਬੱਚੀਆਂ ਜਾਂ ਬੁੱਢੇ ਸੀ, ਬੱਚੇ ਸੀ, ਉਹ ਵਿਚਾਲੇ ਕਰ ਲਏ, ਜਵਾਨ ਪਾਸੇ ਲੱਗ ਗਏ। ਫਿਰ ਅੱਲਾ ਦੀ ਮਿਹਰਬਾਨੀ ਨਾਲ ਖੈਰੀ ਮੇਰੀ ਆਏ ਆ। ਜੇ ਤਾਂ ਸਿੱਖ ਕੋ ਆਇਆ ਤੇ ਜਾਂ ਤਾਂ ਭੱਜ ਗਿਆ ਤੇ ਜਾਂ ਉਹਨੂੰ ਮੁਕਾਤਾ। ਇਹ ਚੀਜ਼ ਹੋਈ ਆ। ਉਹਨਾਂ ਨੇ ਔਰਤਾਂ ਵੀ ਵਗੈਰਾ ਖੋਈਆਂ ਵਾ? ਹਾਂਜੀ। ਇਹ ਤੁਸੀਂ ਦੇਖੀਆਂ ਉੱਥੇ? ਨਹੀਂ। ਅੱਛਾ। ਤੇ ਜਦੋਂ ਰਸਤੇ ਦੇ ਵਿੱਚ ਆਏ ਆ, ਲਾਸ਼ਾਂ ਵਗੈਰਾ, ਕਤਲੋ ਗਾਰਤ? ਹਾਂ, ਬੱਚਿਆਂ ਦੀਆਂ ਸੀ ਲਾਸ਼ਾਂ ਵਿੱਚ ਇੱਕ ਦੋ ਦੇਖੀਆਂ। ਹੋਰ ਜਿਹੜੇ ਸੀ ਉਹ ਮਾਰੇ ਮੂਰੇ ਤਾਂ ਬਥੇਰੇ ਆ ਉੱਥੇ, ਤੇ ਜਦੋਂ ਵਡਾਂਗਾ ਹੀ ਪੈ ਗਿਆ ਤਾਂ। ਹਾਂਜੀ, ਯਾਨੀ ਕਿ ਬਹੁਤ ਕਤਲੋ ਗਾਰਤ ਹੋਈ ਰਹੀ। ਹਾਂਜੀ ਹਾਂਜੀ। ਤੁਸੀਂ ਪਾਕਿਸਤਾਨ ਦੇ ਵਿੱਚ ਫਿਰ ਕਿਹੜੀ ਜਗ੍ਹਾ 'ਤੇ ਆਏ ਹੋ? ਪਾਕਿਸਤਾਨ 'ਚ ਅਸੀਂ ਪਹਿਲੇ ਆਏ ਸੀ ਇੱਥੇ 51 ਚੱਕ 'ਚ। 51 ਬਾਰਾਂ? ਜੀ, ਉਹ 51 ਬਾਰਾਂ। ਹਾਂਜੀ, ਉੱਥੋਂ ਫਿਰ ਇੱਥੇ ਆ ਗਏ। ਅੱਛਾ। ਹਾਂਜੀ, ਸਹੀ ਹੋ ਗਿਆ। ਪੂਰੀ ਤੁਹਾਡੀ ਫੈਮਿਲੀ ਆਈ? ਹਾਂਜੀ। ਅੱਛਾ ਅੱਛਾ। ਇੱਥੇ ਵੀ ਤੁਸੀਂ ਆ ਕੇ ਫਿਰ ਇੱਥੇ ਡਰ ਖੌਫ ਹੀ ਸੀਗਾ ਕਿ ਕੀ ਸਿਸਟਮ ਸੀ? ਨਹੀਂ, ਇੱਥੇ ਫਿਰ ਖੈਰ ਸਲਾਹ ਸੀ ਆਪਣੇ ਵਤਨ ਜਦੋਂ ਆ ਗਏ। ਹਾਂਜੀ, ਇੱਥੇ ਖੈਰ ਸਲਾਹ ਸੀ, ਇੱਥੇ ਕੋਈ ਨਹੀਂ, ਮਗਰ ਆਮ ਬੰਦੇ ਸੀ, ਡਰ ਖੌਫ ਤਾਂ ਹੁੰਦਾ ਹੀ ਹੁੰਦਾ ਸੀ ਵੀ ਸ਼ਾਇਦ ਸਿੱਖ ਹੀ ਨਾ ਆ ਜਾਣ। ਹਾਂਜੀ। ਅਤੇ ਘਰ ਕਿੱਦਾਂ ਦੇ ਹੁੰਦੇ ਸੀ ਪਿੰਡਾਂ ਦੇ ਵਿੱਚ? ਹੁਣ ਤਾਂ ਪੱਕੇ ਬਣ ਗਏ, ਕੋਠੀਆਂ ਬਣਾ ਲਈਆਂ ਲੋਕਾਂ ਨੇ। ਕੱਚੇ ਹੀ ਹੁੰਦੇ ਸੀ ਸਾਰੇ? ਇੱਕ ਘਰ, ਦੋ ਘਰ ਸੀ ਇੱਥੇ ਪੱਕੇ, ਸਾਰੇ ਪੂਰੇ ਚੱਕ 'ਚ। ਅੱਛਾ, ਬਾਕੀ ਸਾਰੇ ਕੱਚੇ ਹੀ? ਕੱਚੇ ਹੀ, ਬਿਲਕੁਲ। ਅੱਛਾ, ਕੱਚੇ ਸਿਸਟਮ ਹੁੰਦਾ ਸੀਗਾ, ਬੜਾ ਅੱਛਾ ਮਾਹੌਲ ਹੁੰਦਾ ਸੀ। ਆ ਗੁੰਮਿਆਂ ਦੀਆਂ ਇੱਟਾਂ ਹੁੰਦੀਆਂ ਸੀ, ਇਹ ਮਾਹੌਲ ਹੁੰਦਾ ਸੀ ਉਦੋਂ। ਅੱਛਾ, ਬਹੁਤ ਦੇਸੀ ਸਿਸਟਮ ਸੀਗਾ। ਹਾਂਜੀ, ਹੁਣ ਤਾਂ ਅੱਲਾ ਦਾ ਸ਼ੁਕਰ ਹੈ ਵੀ ਅੱਲਾ ਨੇ ਦੇ ਦਿੱਤੇ ਪੱਕੇ ਬਣ ਗਏ ਸਾਰੇ। ਚਲੋ, ਇਨਸ਼ਾਅੱਲਾ ਅਗਲੀ ਹਿਸਟਰੀ ਦੇ ਅੰਦਰ ਅਸੀਂ ਫਿਰ ਹਾਜ਼ਰ ਹੋਵਾਂਗੇ। ਸਾਨੂੰ ਇਜਾਜ਼ਤ ਦਿਓ, ਅੱਲਾ ਹਾਫਿਜ਼। ਅੱਲਾ ਖੈਰ ਕਰੇ। ਉਹਨਾਂ ਨੇ ਦੱਸਿਆ।